ਸਿਰਫ 100 ਰੁਪਏ ਦੇ ਵਿੱਚ 15 ਦਿਨਾਂ ਦਾ ਕੋਰਸ ਹੁੰਦਾ, ਵੈਸੇ 100 ਦਿਨਾਂ ਦੇ ਵਿੱਚ ਹੀ ਉਹ ਹੋ ਜਾਂਦਾ। ਅਤੇ ਐਸਐਸਏ ਨੇ ਉਹ ਵੀ ਦੇਣਾ, ਉਹ ਡਾਕਟਰ ਸਾਹਿਬ ਜੀ ਨੂੰ ਦੇਣਾ, ਉਹਨਾਂ ਨੂੰ ਜੋੜੀ ਜਿਹੜੇ ਆਪ ਮੈਂਬਰ ਹੈਗੇ ਆ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਾਂ ਕਿ ਅਸੀਂ ਆਪ ਤੋਂ ਬੈਠੇ ਕਿ ਅਸੀਂ ਇਹਨੂੰ ਮਿਲ ਕੇ 3 ਮਿਲੀਅਨ ਜਿਹੜਾ ਨਹੀਂ ਆਉਂਦਾ ਉਹ ਭਾਵਾਂ ਦਾ ਹਿਸਾਬ ਦਾ ਕਲੀਅਰ ਹੈ ਤਾਂ ਉਹ ਵੀ ਇੱਕ ਮਿੰਟ ਜ਼ਰੂਰ ਖਾ ਇੱਕ ਕਮੇਟੀ ਬਣਾਈ। ਪਹਿਲਾਂ ਵੀ ਕਿਹਾ ਸੀ ਨਾ ਕਿ ਜਦੋਂ ਫਰਕ ਪੈਂਦਾ ਪੈਸਾ ਦੂਜਾ ਦਾ ਕੋਈ ਬੇਈਮਾਨੀ ਕੋਈ ਨਹੀਂ ਕਰਦਾ, ਪਰ ਦਵਾ ਦੇ ਵਿੱਚ ਬਚ ਜਾਂਦੀ ਹੈ। ਪਹਿਲਾਂ ਵੀ ਸਾਡੇ ਇਹੀ ਉਦੋਂ ਰੁਚੀ ਲਿਆ ਪਹਿਲਾਂ ਕੁਝ ਬਲਾਕ ਤਲਵੰਡੀ ਸਾਹਿਬ ਵੱਲੋਂ ਜੋ ਮਹੀਨਾਵਾਰ ਮੀਟਿੰਗ ਰੱਖੀ ਗਈ ਹੈ ਉਹਦੇ ਸੰਬੰਧ 'ਚ ਇਹੀ ਹੈ ਸਰਕਾਰ ਨੂੰ ਜੋ ਸਾਡੀਆਂ ਮੰਗਾਂ ਹੈਗੀਆਂ ਜੋ ਚੋਣ ਮੈਨੀਫੈਸਟੋ ਵਿੱਚ ਪਾਈ ਹੈ ਉਹਨੂੰ ਮੰਨਣ ਚਾਹੀਦੀਆਂ ਜੀ। 16 ਨੰਬਰ ਵੱਧ ਦੇ ਉੱਤੇ ਪਾਈ ਹੈਗੀ ਹੈ, ਸਰਕਾਰ ਨੇ ਮੰਨੀ ਹੈ, ਉਹਨੂੰ ਮੰਨਣੀ ਚਾਹੀਦੀ ਹੈ ਮੰਗ, ਜਾਇਜ਼ ਮੰਗਾਂ ਜੀ। 24 ਘੰਟੇ ਸੇਵਾ ਕਰਨ ਵਾਲੇ ਦਿਨ ਰਾਤ ਅਸੀਂ ਸੇਵਾ ਕਰਦੇ ਹਾਂ, ਪਰ ਅਸੀਂ ਮੁੱਢਲੀ ਸਾਹਿਤ ਵਾਸਤੇ ਇੱਕ ਆਪਦੀਆਂ ਮੰਗਾਂ ਰੱਖੀਆਂ ਉਹ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਜੀ। ਜੇਕਰ ਨਹੀਂ ਮੰਨਦੀ ਸਰਕਾਰ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ? ਚੋਣ ਮੈਨੀਫੈਸਟੋ ਵਾਲੇ ਤਾਂ ਸਰਕਾਰ ਨੂੰ ਹਰ ਹਾਲਤ ਮੰਨਣਾ ਪੈਣਾ ਜੀ। ਜੇਕਰ ਸਰਕਾਰ ਨਹੀਂ ਮੰਨਦੀ ਤਾਂ ਸਾਡੇ ਕੋਲ ਐਸੋਸੀਏਸ਼ਨ ਸਾਡੇ ਪੰਜਾਬ ਦੇ ਵਿੱਚ ਹੈਗੀ ਹੈ ਜੀ, ਲੱਖਾਂ ਦੀ ਗਿਣਤੀ ਵਿੱਚ ਸਾਡੇ ਮੈਂਬਰ ਹੈਗੇ ਆ, ਅਸੀਂ ਸਰਕਾਰ ਦੇ ਦਬਾਅ ਪਾਵਾਂਗੇ ਜੀ। ਕੋਈ ਮੰਗ ਵੀ ਕਰਦੇ ਹੋ, ਕੋਈ ਹੋਰ ਕੋਈ ਨਵੀਂ ਸਰਕਾਰ ਤੋਂ? ਸਾਡੀ ਇਹੀ ਮੰਗ ਹੈ ਵੀ ਸਾਡੇ ਜੋ ਐਸੋਸੀਏਸ਼ਨ ਦੇ ਮੈਂਬਰ ਹੈ 25-25-30-30 ਸਾਲ ਤੋਂ ਪਿੰਡਾਂ ਦੇ ਵਿੱਚ ਸੇਵਾ ਕਰਦੇ ਆ, 24 ਘੰਟੇ ਸੇਵਾ ਕਰਦੇ ਆ, ਉਹਨਾਂ ਨੂੰ ਇੱਕ ਮੁੱਢਲੀ ਸਦਾ ਦੇ ਤੌਰ 'ਤੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਗਰੀਬ ਮਜ਼ਦੂਰ ਕਿਸਾਨ ਉਹਦਾ ਫਾਇਦਾ ਉਠਾ ਸਕਣ। ਕੋਈ ਨਸ਼ਿਆਂ ਦੇ ਖਿਲਾਫ ਵੀ ਤੁਸੀਂ ਕੋਈ? ਨਸ਼ਿਆਂ ਦੇ ਖਿਲਾਫ ਅਸੀਂ ਪਹਿਲੇ ਦਿਨੋਂ ਹੀ ਜੋ ਸਰਕਾਰੀ ਹੋਸਪਿਟਲ ਹੈ ਜਾਂ ਜੋ ਪ੍ਰਸ਼ਾਸਨ ਹੈ ਪੁਲਿਸ ਹੈ ਸਾਰਿਆਂ ਨਾਲ ਅਸੀਂ ਮਿਲ ਕੇ ਮੀਟਿੰਗਾਂ ਕਰਦੇ ਹਾਂ, ਰੈਲੀਆਂ ਕੀਤੀਆਂ, ਮੁਜ਼ਾਹਰੇ ਕਰਦੇ ਹਾਂ ਤਾਂ ਕਿ ਸਾਡਾ ਮੈਂਬਰ ਹੈ ਜੋ ਪਿੰਡਾਂ ਦੇ ਵਿੱਚ ਵੀ ਜਾਗਰੂਕਤਾ ਹੈ, ਅਸੀਂ ਹਰ ਹਾਲਤ ਦੱਸਦੇ ਰਹਿੰਦੇ ਹਾਂ, ਪੁਲਿਸ ਨਾਲ ਸਾਡਾ ਸੰਪਰਕ ਹੈ ਜੀ।